गुरु साहब ने जिहड़ा पहला उपदेश दिता उहदे तीन हिस्से सी, एक किरत करो, नाम जपो, वंड छको। पहला मसला किरत दा, मंग के खाण दा नहीं है। खेती वाले लोगों नूं सारी दुनिया जानदी सी कि उह आपदा खांदे नहीं, गाहां वंडदे वी ने। ते खास करके जिहड़े सिख सी ਉਹ ਦੁਨੀਆ 'ਚ ਵੰਡਣ ਲਈ ਮਸ਼ਹੂਰ ਨੇ, ਲੰਗਰ ਲਾਉਣ ਲਈ। ਇੱਕ ਟੁੱਟੀ ਜਿਹੀ ਸਹੂਲਤ ਨਾਲ ਸਾਰੇ ਇਤਿਹਾਸ ਦਾ, ਅਰਬਾਂ ਖਰਬਾਂ ਦੇ ਦਾਨ ਦਾ ਸਰਕਾਰ ਨੇ ਮਖੌਲ ਉਡਾਤਾ, ਕਿਸੇ ਨੇ ਵਿਰੋਧ ਨਹੀਂ ਕੀਤਾ। ਸਾਡਿਆਂ ਲੋਕਾਂ ਨੂੰ ਬਿਜਲੀ ਦੀ ਸਹੂਲਤ ਮੁਫ਼ਤ ਦੇਣ ਦਾ ਜਿਹੜਾ ਲਾਰਾ ਹੈ ਪਿਛਲੇ 40 ਸਾਲਾਂ 'ਚ, ਉਹਨੇ ਖੇਤੀ ਵਾਲੇ ਲੋਕਾਂ ਦੀ ਇੱਜ਼ਤ ਦੀ ਪੱਟੀ ਮੇਸ ਕਰਤੀ। ਜਿੱਥੇ ਵੀ ਜਾਓ ਹਰੇਕ ਅਖਬਾਰ ਵਾਲਾ, ਹਰੇਕ ਵਿਦਵਾਨ ਕਹਿੰਦਾ ਕਿ ਇਹ ਲੋਕ ਮੁਫ਼ਤ ਦਾ ਖਾਂਦੇ ਨੇ। ਜੇ ਸਹੂਲਤ ਦੇਣੀ ਸੀ ਸਰਕਾਰ ਕਿਸੇ ਨੂੰ ਫਸਲਾਂ ਦਾ ਭਾਅ ਦਿੰਦੀ ਕਿ 1600 ਨੂੰ ਕਣਕ ਵਿਕਦੀ, ਆਪਾਂ 1800 ਨੂੰ ਦੇਵਾਂਗੇ, ਜ਼ਿਮੀਂਦਾਰ ਨੂੰ ਵੱਧ ਫਾਇਦਾ ਹੋਣਾ ਸੀ। ਪਰ ਮਸਲਾ ਤੁਹਾਡੇ ਫਾਇਦੇ ਦਾ ਨਹੀਂ ਸੀ, ਮਸਲਾ ਤੁਹਾਡੀ ਬੇਇੱਜ਼ਤੀ ਦਾ ਸੀ। ਅਸੀਂ ਇਸ ਟੁਕੜੇ ਨੂੰ ਕਬੂਲਿਆ, ਆਪਣਿਆਂ ਬਜ਼ੁਰਗਾਂ ਦੀ ਗਾਹਾਂ ਧੀਆਂ ਪੁੱਤਾਂ ਦੇ ਮੱਥੇ 'ਤੇ ਕਲੰਕ ਲਾਤਾ ਕਿ ਇਹ ਲੋਕ ਵੀ ਹਰਾਮ ਦਾ ਖਾਂਦੇ ਨੇ, ਇਹ ਲੋਕ ਮੁਫ਼ਤ ਦਾ ਖਾਂਦੇ ਨੇ, ਇਹ ਦੂਜਿਆਂ ਦਾ ਹੱਕ ਖਾਂਦੇ ਨੇ। ਜਿੱਥੇ ਜਿੱਥੇ ਸਰਕਾਰ ਨੂੰ ਫਾਇਦਾ, ਉੱਥੇ ਉੱਥੇ ਉਹ ਧੱਕੇ ਨਾਲ ਸਾਡੇ ਗਲਾਂ ਚੀਜ਼ਾਂ ਪਾਉਂਦੇ ਨੇ, ਜਿੱਥੇ ਜਿੱਥੇ ਉਹਨਾਂ ਨੂੰ ਫਾਇਦਾ ਹੈ। ਕਿ 1997 'ਚ ਜਦੋਂ ਅਕਾਲੀਆਂ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਸਾਡਿਆਂ ਬਜ਼ੁਰਗਾਂ ਵਾਸਤੇ ਇੱਕ ਬਿਉਂਤ ਬਣਾਈ, ਅੱਧਾ ਕਿਰਾਇਆ। ਤਾਂ ਮੈਂ ਕਿੰਨਿਆਂ ਹੀ ਲੋਕਾਂ ਨੂੰ, ਖਾਸ ਕਰਕੇ ਮਾਈਆਂ ਨੂੰ, ਬੱਸਾਂ 'ਚ ਬੇਇੱਜ਼ਤੀ ਕਰਾਉਂਦਿਆਂ ਦੇਖਿਆ। ਪਿਛਲੀ ਸਰਕਾਰ ਨੇ ਇਹ ਕਰਤਾ ਕਿ ਮਾਈਆਂ ਨੂੰ ਸਾਰਾ ਕਿਰਾਇਆ ਮਾਫ਼, ਕਿ ਜੇ ਮਾਂ ਬਾਪ ਮੁਫ਼ਤ ਦਾ ਖਾਣ ਗਿੱਝ ਜਾਏ, ਉਹਦਾ ਧੀ ਪੁੱਤ ਮਿਹਨਤ ਕਰਨ ਨਹੀਂ ਗਿੱਝੇਗਾ। ਕੋਈ ਕਾਰਨ ਨਹੀਂ ਹੈ। ਜਿਨ੍ਹਾਂ ਦੇ ਮਾਂ ਬਾਪ ਮੁਫ਼ਤ ਦੀ ਸਹੂਲਤ ਨੂੰ ਠੋਕਰ ਨਹੀਂ ਮਾਰ ਸਕਦੇ, ਉਹਨਾਂ ਨੂੰ ਰਾਜ ਨਹੀਂ ਮਿਲਣਾ, ਉਹਨਾਂ ਨੂੰ ਚੌਂਕੀਦਾਰੀ ਜਾਂ ਗੁਲਾਮੀ ਹੀ ਮਿਲਣੀ। ਧੀਆਂ ਪੁੱਤਾਂ ਨੂੰ ਸਮਝਾਉਣ ਵਾਲੀ ਗੱਲ ਇਹ ਹੈ ਕਿ ਗੁਰੂ ਦੇ ਆਸਰੇ, ਇਤਿਹਾਸ ਦੇ ਆਸਰੇ ਤਕੜੇ ਹੋ, ਕਰੜੇ ਹੋਣ, ਦੁੱਖ ਸੁੱਖ ਨੂੰ ਝੱਲਣ, ਹੱਥ ਹਿਲਾਉਣ ਦੇ ਯੋਗ ਹੋਣ, ਉੱਦਮ ਕਰਨ ਨੂੰ ਜੀ ਕਰਦਾ ਹੋਵੇ ਉਹਨਾਂ ਦਾ, ਉਹਨਾਂ ਦਾ ਵਿਹਲੇ ਖਾਣ ਨੂੰ, ਹੱਡ ਹਰਾਮ ਨੂੰ ਜੀ ਨਾ ਕਰਦਾ ਹੋਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬਿਰਾਜਮਾਨ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਅਸੀਂ ਜੋ ਆਪਣੇ ਆਲੇ ਦੁਆਲੇ ਦੇਖਦੇ ਹਾਂ ਉਹਦੇ 'ਚ ਦੋ ਜਾਂ ਤਿੰਨ ਗੱਲਾਂ ਅਸੀਂ ਸਾਰੇ ਵੇਖਦੇ ਹਾਂ, ਮੈਂ ਸੰਖੇਪ 'ਚ ਤੁਹਾਡੇ ਨਾਲ ਸਾਂਝੀਆਂ ਕਰਦਾ। ਪਹਿਲੀ, ਲਗਭਗ ਇਹ ਸਾਨੂੰ ਹੁਣ ਸਭ ਨੂੰ ਪਤਾ ਹੈ ਕਿ ਸਾਡੇ ਇੱਥੇ ਜਿਹੜੇ ਖਾਸ ਕਰਕੇ ਜਵਾਨ ਪੀੜ੍ਹੀ ਹੈ ਉਹ ਨਸ਼ੇ 'ਚ ਪੈਣ ਲੱਗੀ ਹੈ, ਜ਼ਿਆਦਾ ਪੈ ਰਹੀ ਹੈ। ਇਸ ਗੱਲ ਦਾ ਹਰ ਪਿੰਡ 'ਚ ਹੀ ਅੰਦਾਜ਼ਾ ਹੈ। ਇੱਕ ਪਹਿਲਾਂ ਵਾਲੇ ਵੇਲੇ 'ਚ ਵੀ ਲੋਕ ਨਸ਼ੇ ਕਰਦੇ ਸੀ, ਉਦੋਂ ਦੋ ਫਰਕ ਸੀ। ਇੱਕ ਤਾਂ ਇਹ ਸੀ ਕਿ ਅਕਸਰ ਲੋਕਾਂ ਦੇ ਜਵਾਕ ਵੱਧ ਹੁੰਦੇ ਸੀ, ਦੂਜਾ ਜਿਹੜੇ ਨਸ਼ੇ ਸੀ ਉਹ ਇਹੋ ਜਿਹੇ ਸੀ ਕਿ ਬੰਦੇ ਕਈ ਸਾਲ ਕਰਦੇ ਰਹਿੰਦੇ ਸੀ ਤਾਂ ਵੀ ਜਿਉਂਦੇ ਰਹਿੰਦੇ ਸੀ। ਹੁਣ ਕੁਝ ਨਸ਼ੇ ਇੱਦਾਂ ਦੇ ਆ ਗਏ ਕਿ ਬੰਦਾ ਕੁਝ ਮਹੀਨਿਆਂ 'ਚ ਹੀ ਚੱਲ ਵੱਸਦਾ। ਤਾਂ ਪਹਿਲਾ ਪੱਖ ਇੰਨਾ ਹੀ ਹੈ ਕਿ ਜਿਹੜਾ ਇਹ ਸਾਡੇ ਨਸ਼ਾ ਚੱਲਦਾ ਉਹਦੇ ਬਾਰੇ ਇੱਥੋਂ ਦੀ ਸਰਕਾਰ ਜਾਂ ਦਿੱਲੀ ਵਾਲੀ ਸਰਕਾਰ ਜਾਂ ਹੋਰ ਦੁਨੀਆ ਦੇ ਲੋਕ ਕੀ ਕਰਦੇ ਨੇ ਉਹਨਾਂ ਬਾਬਤ ਬੇਨਤੀ ਨਹੀਂ, ਹਾਲੇ ਇੰਨੀ ਬੇਨਤੀ ਕਰਨੀ ਕਿ ਇਹਦਾ ਸਾਡੇ ਆਪਣੇ ਧੀਆਂ ਪੁੱਤਾਂ ਨੂੰ ਪਾਲਣ ਨਾਲ ਵੀ ਕੋਈ ਸੰਬੰਧ ਹੈ? ਜੇ ਤਾਂ ਕਿਸੇ ਇੱਕ ਦਾ ਬੱਚਾ ਨਿਕਲੇ ਮਾੜਾ, ਫਿਰ ਤਾਂ ਇਹ ਮੰਨਣਾ ਚਾਹੀਦਾ ਹੈ ਕਿ ਬੱਚੇ 'ਚ ਨੁਕਸ ਹੈ ਜਾਂ ਉਹਦੇ ਪਾਲਣ ਵਾਲਿਆਂ 'ਚ, ਜੰਮਣ ਵਾਲਿਆਂ 'ਚ ਨੁਕਸ ਹੋ ਸਕਦਾ। ਜਦੋਂ ਹੁਣ ਹਰੇਕ ਪਿੰਡ 'ਚ ਜਾਂ ਘਰ ਘਰ ਵਾਂਗੂ ਹੋਇਆ ਪਿਆ ਕਿ
ਜਵਾਕ ਹੱਥਾਂ 'ਚੋਂ ਨਿਕਲਦੇ ਨੇ, ਵਿਗੜੀ ਜਾਂਦੇ ਨੇ, ਤਾਂ ਸਾਨੂੰ ਇਹ ਮੰਨਣਾ ਚਾਹੀਦਾ ਕਿ ਬੱਚਿਆਂ ਨੂੰ ਪਾਲਣ 'ਚ, ਉਹਨਾਂ ਨੂੰ ਸਾਂਭਣ ਦੇ ਵਿੱਚ ਕੋਈ ਫਰਕ ਹੈ ਸਾਡੇ। ਤਾਂ ਹੀ ਇੰਨੇ ਜ਼ਿਆਦਾ ਸਾਡੇ ਜਿਹੜੇ ਬੱਚੇ ਨੇ ਉਹ ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਨੇ। ਇਹ ਪਹਿਲਾ ਪੱਖ ਹੈ ਮੇਰੀ ਗੱਲ ਦਾ ਕਿ ਮੈਂ ਇਹ ਛੋਟੇ ਬੱਚਿਆਂ ਬਾਬਤ ਬੇਨਤੀ ਕਰਨੀ ਚਾਹੁੰਦਾ। ਦੂਜਾ ਕਿ ਜਿਹੜੇ ਸਾਡਾ ਇੱਥੋਂ ਦਾ ਆਪਣਾ ਇਤਿਹਾਸ ਹੈ, ਅਸੀਂ ਸਾਰੇ ਹੀ ਉਹਦੇ 'ਤੇ ਮਾਣ ਕਰਦੇ ਹਾਂ। ਗੁਰੂ ਘਰ 'ਚ ਬੈਠ ਕੇ ਤਾਂ ਖਾਸ ਕਰਕੇ ਕਰਦੇ ਹਾਂ, ਉੱਦਾਂ ਵੀ ਅਸੀਂ ਸਿੱਖ ਹਾਂ, ਅਸੀਂ ਪੰਜਾਬ ਦੇ ਵਾਸੀ ਹਾਂ, ਸਾਨੂੰ ਇਸ ਗੱਲ ਦਾ ਮਾਣ ਹੁੰਦਾ। ਜੇ ਅਸੀਂ ਕਿਸੇ ਤੋਂ ਸਭ ਤੋਂ ਵੱਧ ਨਾ ਸਹੀ, ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਸਾਡਾ ਇਤਿਹਾਸ ਹੈ ਗੁਰੂ ਸਾਹਿਬਾਨ ਦਾ, ਸ਼ਹੀਦਾਂ ਦਾ, ਸੂਰਮਿਆਂ ਦਾ, ਦਾਨੀਆਂ ਦਾ, ਸੇਵਾ ਕਰਨ ਵਾਲਿਆਂ ਦਾ ਵੀ ਜਿੱਥੇ ਭੁਚਾਲ ਆਉਂਦਾ, ਜਿੱਥੇ ਕੋਈ ਬਿਮਾਰੀ ਪੈਂਦੀ ਹੈ, ਸਾਡੇ ਬੰਦੇ ਉੱਥੇ ਪਹੁੰਚਦੇ ਹੈ, ਆਪਦੇ ਵਿੱਤ ਮੂਜਬ ਮਦਦ ਕਰਦੇ ਹੈ। ਇਹ ਦੂਜਾ ਪੱਖ ਜਿਹੜਾ ਸਾਡੇ ਇਸ ਦਾ ਕਿ ਸਾਡੇ ਕੋਲ ਇਹ ਜਿਹੜੀ ਵਿਰਾਸਤ ਹੈ, ਜਿਹੜਾ ਇਤਿਹਾਸ ਹੈ, ਜੇ ਇਹਦਾ ਇੰਨਾ ਮਾਣ ਹੈ ਤਾਂ ਸਾਡੇ ਧੀਆਂ ਪੁੱਤ ਇਹ ਧਰਤੀ ਨੂੰ ਛੱਡ ਕੇ ਜਾਣਾ ਕਿਉਂ ਚਾਹੁੰਦੇ ਨੇ? ਜੇ ਤਾਂ ਕਿਸੇ ਇੱਕ ਅੱਧੇ ਦਾ ਧੀ ਪੁੱਤ ਜਾਵੇ ਫਿਰ ਤਾਂ ਕੋਈ ਘਰ ਦੀ ਮਜਬੂਰੀ ਹੋਊਗੀ। ਹੁਣ ਜਦੋਂ ਘਰ ਘਰ ਰੋਟੀ ਵੇਲਾ ਹੋਇਆ ਪਿਆ ਤਾਂ ਇਹਦਾ ਮਤਲਬ ਇਹ ਕਿ ਉਹਨਾਂ ਬੱਚਿਆਂ ਨੂੰ ਪਾਲਣ ਦੇ ਵਿੱਚ ਕੋਈ ਨੁਕਸ ਹੈ ਸਾਡਾ, ਕਿ ਸਾਡੇ ਜਵਾਕ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਨੇ। ਮੈਂ ਕਿੰਨੀਆਂ ਥਾਵਾਂ 'ਤੇ ਵੇਖਦਾ ਕਿ ਕਿਸੇ ਦੇ ਇੱਕੋ ਹੀ ਜਵਾਕ ਸੀ, ਉਹਨਾਂ ਨੇ ਪਾਲਿਆ, ਪੜ੍ਹਾਇਆ, ਬਾਹਰ ਤੋਰਤਾ, ਹੁਣ ਦੋਨੇ ਜੀ ਰੋਂਦੇ ਹੈ ਕਿ ਗੱਲ ਨਹੀਂ ਹੁੰਦੀ। ਇਹੋ ਜਿਹੀਆਂ ਗੱਲਾਂ ਹਰ ਪਿੰਡ 'ਚ ਨੇ। ਤੀਜੀ ਗੱਲ, ਜਿਹੜੇ ਬਾਹਰ ਵੀ ਨਹੀਂ ਗਏ, ਜਿਹੜੇ ਨਸ਼ੇ ਵੀ ਨਹੀਂ ਲੱਗੇ, ਇੱਥੇ ਕੋਈ ਨੌਕਰੀ ਕਰਦੇ ਨੇ, ਕੋਈ ਆਪਦਾ ਕਾਰੋਬਾਰ ਕਰਦੇ ਨੇ, ਉਹਨਾਂ ਦਾ ਵੀ ਇੱਥੇ ਸਾਡੇ ਇਤਿਹਾਸ ਨਾਲ ਜਾਂ ਸਾਰੇ ਕੁਝ ਹੋਰ ਨਾਲ ਜਿਹੜਾ ਰਿਸ਼ਤਾ ਹੈ ਉਹ ਕਿਹੋ ਜਿਹਾ ਹੈ? ਮਿਸਾਲ ਵਜੋਂ ਪਿਛਲੇ 20 ਸਾਲ ਤੋਂ ਮੈਂ ਦੇਖ ਰਿਹਾ ਕਿ ਸਾਡੇ ਜਿਹੜੇ ਪੜ੍ਹੇ ਹੋਏ ਮੁੰਡੇ ਕੁੜੀਆਂ ਸੀ ਉਹ ਨੌਕਰੀ ਲੈਣ ਬਦਲੇ ਕਦੇ ਚੰਡੀਗੜ੍ਹ, ਕਦੇ ਲੁਧਿਆਣੇ, ਕਦੇ ਜਲੰਧਰ, ਹਰ ਦੋਈਂ ਚੌਹੀਂ ਸਾਲੀ ਕੁੱਟਾਂ ਖਾਂਦੇ ਪੁਲਿਸ ਦੀਆਂ, ਆਪਦੀਆਂ ਪੱਗਾਂ ਕੱਛਾਂ 'ਚ ਲੈ ਕੇ ਘਰਾਂ ਨੂੰ ਮੁੜਦੇ ਕਿ ਸਰਕਾਰ ਸਾਨੂੰ ਨੌਕਰੀ ਦੇਵੇ। ਇਹ ਜਿਹੜੀ ਗੱਲ ਹੈ ਕਿ ਸਾਡਾ ਬਾਹਰ ਜਾਣਾ, ਸਾਡਾ ਇੱਥੇ ਨੌਕਰੀ ਲਈ ਤੰਗਣਾ, ਅਤੇ ਸਾਡੇ ਜਵਾਕਾਂ ਦਾ ਬਦਮਾਸ਼ ਜਾਂ ਨਸ਼ਈ ਹੋ ਕੇ ਮਰ ਜਾਣਾ, ਮੈਨੂੰ ਲੱਗਦਾ ਕਿ ਚਾਰਾਂ ਗੱਲਾਂ 'ਚ ਇੱਕ ਗੱਲ ਸਾਂਝੀ ਹੈ ਕਿ ਸਾਡੇ ਤੋਂ ਆਪਣੇ ਧੀਆਂ ਪੁੱਤਾਂ ਨੂੰ ਪਾਲਣ 'ਚ ਢਿਲਿਆਈ ਹੋ ਰਹੀ ਹੈ। ਮੈਂ ਇਹ ਤਾਂ ਕਹਿ ਰਿਹਾ ਵੀ ਜੇ ਇੱਕ ਅੱਧੇ ਬੰਦੇ ਦੇ ਗੱਲ ਲਾਗੂ ਹੋਵੇ ਤਾਂ ਬੰਦੇ ਦਾ ਨੁਕਸ ਹੈ ਜਾਂ ਮਾਪੇ ਦਾ ਨੁਕਸ ਹੈ ਇੱਕ ਅੱਧੇ ਦਾ? ਜਦੋਂ ਸਾਰੇ ਥਾਵਾਂ 'ਤੇ ਪਿੰਡ ਪਿੰਡ ਇਹ ਗੱਲ ਵਾਪਰ ਰਹੀ ਹੈ ਤਾਂ ਇਹਦਾ ਮਤਲਬ ਇਹ ਕਿ ਅਸੀਂ ਜਿਹੜਾ ਤਰੀਕਾ ਅਪਣਾ ਲਿਆ ਆਪਣੇ ਧੀਆਂ ਪੁੱਤਾਂ ਨੂੰ, ਖਾਸ ਕਰਕੇ ਛੋਟੇ ਬੱਚਿਆਂ ਨੂੰ ਸਾਂਭਣ ਦਾ, ਉਹਦੇ 'ਚ ਕੋਈ ਨੁਕਸ ਹੈ? ਤਾਂ ਹੁਣ ਅਗਲਾ ਸਵਾਲ ਕਿ ਇਹ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਤਿੰਨ ਗੱਲਾਂ ਕੀਤੀਆਂ ਨੇ, ਇਹ ਇਸ ਲਈ ਕੀਤੀਆਂ ਨੇ ਕਿ ਸਾਡੇ ਆਪਣੇ ਬੱਚਿਆਂ ਨੂੰ ਪਾਲਣ ਦੀ ਜਿਹੜੀ ਤਰੀਕਾ ਸਾਡਾ ਉਹ 'ਚ ਕੋਈ ਫਰਕ ਹੈ। ਤਾਂ ਇਹ ਫਰਕ ਕੀ ਹੈ, ਹੁਣ ਮੈਂ ਉਹਦੀ ਗੱਲ ਕਰਨੀ। ਪਹਿਲਾਂ ਇਹ ਕਿ ਮੋਟੇ ਮੋਟੇ ਆਪਾਂ ਨੂੰ ਤਿੰਨ ਤਰੀਕੇ ਨਜ਼ਰ ਆਉਂਦੇ ਨੇ ਕਿ ਬੱਚੇ ਨਸ਼ੇ ਨਾਲ ਜਾਂ ਬਦਮਾਸ਼ੀ ਨਾਲ ਮਰ ਰਹੇ ਨੇ, ਜਾਂ ਉਹ ਸਾਡਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ, ਅਤੇ ਜਿਹੜੇ ਇੱਥੇ ਨੇ ਉਹਨਾਂ ਨੂੰ ਨੌਕਰੀ ਬਹੁਤ ਪਸੰਦ ਆ, ਚਾਹੇ ਸਰਕਾਰ ਕੁੱਟ ਕੇ ਦੇਵੇ ਉਹਨਾਂ ਨੂੰ। ਨੁਕਸ ਹੁਣ ਕਿੱਥੇ ਹੈਗਾ? ਜੋ ਮੈਨੂੰ ਸਮਝ ਪੈਂਦਾ, ਐਂ ਨਹੀਂ ਕਿ ਮੇਰੀ ਗੱਲ ਸਹੀ ਹੋਊ, ਜ਼ਰੂਰੀ ਹੈ,
पहला ये कि साडा जिहड़ा दावा है वो की है। साडे इत्थे मोटे मोटे दो दावे ने, एक है पंजाबी होण दा, दूजा है सिख होण दा। तो हुण पहला आपां इस गल ते आउंदे हां कि जिहड़ी पंजाब दे इतिहास दे विच जिहड़ा सब तों वधिया इतिहास है वह भी सिख होण नाल जुड़िया होया। तो इस करके मैं पहला इस पक्ष नूं लैंदा कि जिहड़ा सिख होण दा साडा दावा है, जे उस हिसाब नाल वेखणा होवे तां जिहड़े साडे धीआं पुत 25 साल दे हन इस वेले उहनां दी असीं निगाह मारीए। पहला ये कि उहनां चों किन्नियां कु नूं असीं गुरु घर च इदां बिठा के गुरबाणी संथिया दे सके, उहनां नूं इतिहास सुणा सके, क्योंकि जिहड़े साडे बच्चे ने वो साडे खून करके बच्चे ने, ये तो माँ प्यो दे ने। साडे धी पुत तां ने पंजाब दे जां सिखां दे, जे उन्हां दा सिखां दी विरासत नाल, जे पंजाब नाल कोई उन्हां दी सांझ जुड़ी हुई है, जे असीं जोड़ी है उहदी, अपने बच्चे नूं असीं मोटे रूप च तीन थावां ते सिखाउंदे आ। पहला आपदे घर च, दूजा स्कूल च, तीजा गुरु घर च। एक तो ये कि असीं अपनियां घरां च किन्ना समां दित्ता अपनियां धीआं पुत्तां नूं इतिहास सुनाउण दा, उहनां नूं बाणी सिखाउण दा। दूजा किन्ना समां उहनां नूं गुरु घर च मिलिया बाणी पढ़न सुनण दा, इतिहास सुनण दा। तीजा जिहड़े इह स्कूल ने उहनां च उहनां नूं इतिहास गुरबाणी किन्नी क पढ़ाई गई ते किवें पढ़ाई गई। मैं तुहानूं अपनी मिसाल दसदा, असीं जदों 10वीं च पढ़न लगे तां साडी जिहड़ी किताब सी उहदे च दो वर्के बाणी दे सी, तां मास्टर ने जदों पढ़ाई उह नंगे सिर सी, साढ़े सारयां दे जोड़े पाए सी, मेजां दे बैठे सी। तां जिहने बाणी इदां पढ़नी है जिवें गीत पढ़दे आ कोई, जां जिवें कहानी पढ़दे आ, उहनें बाणी नूं समझणा की है? उहनें बाणी नूं गीत जां कहानी वांगू समझणा, क्योंकि उह किताब दा हिस्सा है। तो ये पहली मेरी बेनती ये कि जिहड़े असीं अज आह बच्चे ने साडे, असीं जदों इहनां ते ध्यान देणा तो इहदे बाबत बेनती ये कि जिहड़ी साडी अज पीढ़ी जवान है उहदी बेनती बाद च करनी। इहनां दी पहलां कि मैनूं इह समझ पैंदा है कि असीं जो एक पीढ़ी पहलां ढिल्याई कीती है उह इस वारी ना होवे, क्योंकि इहदे च इक नुक्स वड्डा होर आ गया। जिहड़े 25 साल पहलां 30 साल पहलां साडे बच्चे सी उदों घरां दे विच जेब 'च पैण वाला शीशा नहीं सीगा, घरां 'च वड्डा सारा टीवी वाला शीशा ही सी, उह कदे कदे चलदा सी सवेरे जां शामी। जिहड़ा हुण जेब 'च है इह हर वेले चलदा, जवाकां दे मूहरे रहिंदा। तां जिन्नी खराब साडी हुण वाली नौजवान पीढ़ी है, इस हिसाब नाल अगली पीढ़ी इदों वध खराब हो सकती है, ये संभावना है, जिवें दी साडी अज दी बच्चियां दी सांभ संभाल है। मैं बसां 'च बैठियां वेखदा कि निक्कियां निक्कियां मतलब बच्चे हुंदे जिहड़े साल साल दो दो साल दे, उहनां नूं चुप कराउण खातर माँ प्यो ने उह शीशा फड़ाया हुंदा, जवाक उहदे ठुंगा मारी जांदा। बच्चे नूं नहीं पता कि जो उहदे हत्थ 'च देता उह की है। बहुती बारी साडियां मावां भैणां नूं भी पता नहीं हुंदा, जां साडियां भरावां नूं भी पता नहीं हुंदा कि जवाक नूं चुप कराउण खातर जिहड़ा संद उहदे हत्थ 'च फड़ाया है उहने उहदे ते किन्ना माड़ा असर पाउणा है, उह नहीं पता हुंदा उहनां नूं।
इस करके बच्चों बाबत बेनती मैं तो पहला करनी चाहना कि जड़ा ये सिस है ये जड़े रंग ने जड़ी आवाज़ है ये बच्चे इन्ना मोहदी है कि वह आपकी माँ बाप को भुल जाता है, इन्ना मोहदी है कि बच्चा खाना पीना भुल जाता है। कनेडा वर्गे मुल्कां च अमरीका वर्गे मुल्कां च एक नवी बीमारी पैदा हुई है, बच्चों नूं ओह सीसे ते लग्यां लग्यां ओह उठदे नहीं हणगे, ओह हग्गण मूतण नहीं जांदे, बच्चों नूं कब्जी होण लग गई, बच्चों नूं पेशाब दे बन्न पैण लग गए। जिहड़ी बीमारी 80 साल च जाके बजुर्गां नूं हुंदी ओह बच्चों नूं होण लग गई इह सीसे करके। तां मैं तुहानूं इह बेनती कर रहा हां कि जिहड़ी साडी पिछली पीढ़ी सानूं लगदा कि वह बदमाश बन गई इन्ना जां नशे च पै गई, वह साडे हत्थों गई जां बाहर चल गई, उहदा हाले जिक्र नहीं, इन्हां बच्चों का जिक्र है कि इन्हां लई अज असीं की कर सकते हाँ, क्योंकि समा लंघन तो बाद असीं की कर सकते हाँ। असीं आपदे आप नूं दोष दे सकते हाँ बच्चे नूं जां किसी सरकार नूं जां किसी होर नूं, लंघिया वेला हाथ च नहीं आउंदा। इस करके पहली बेनती यह है कि असीं अपणियां घरां च ते गुरु घरां च, स्कूल मैं तां नहीं कहिंदा क्योंकि स्कूल च पढ़ाई वह हुंदी जिहड़ी सरकार चाहुंदी है, स्कूल दी पढ़ाई सारी दुनिया च लोकां नूं पता लग गया कि वह जिथों दे जवाक ने उन्हां नूं उत्थों दे रहण नहीं दिंदी, होर जो मर्जी हो जाए। अज तो 40 साल या 50 साल पहला किसी की पग लह जाती अगला मरन मारन की गल सोचता सी कि जिन्हें लाही है ना उहदा सिर ला दूंगा। तो हुण जिहड़े जिमीदार भी कहाउंदे आपदे आप नूं धरना देण जांदे आ, पग्गां लहा के घरे आ जांदे पुलिस तों, वो धरने की खेड ऐसी चल गई है। इहदा संबंध स्कूलां की पढ़ाई नाल है, जिहड़े स्कूलां च पढ़े नहीं सीगे उन्हां नूं कदे भी पग लहाउणी चंगी नहीं लगदी सी। ये बाकी बेनती बाद च, पहलां ये बच्चों बारे कि स्कूलां की पढ़ाई च बच्चों ने पंजाबी जां सिख नहीं बनना इहदा अंदाजा लोकां नूं हो गया, तो असीं अपनी जिम्मेवारी वजों इन्हां बच्चों नूं अपना इतिहास अपने घरां च गुरु घरां च पढ़ाने लिए किन्ना प्रबंध करते हैं, ये तो यह तय होगा कि ये बच्चे साढ़े किन्ने होंगे। जानवर का बच्चा माँ बाप से जाता वो खून दिया लक्षण करके, बंदे का पुत ही पुत आपके माँ बाप से खून करके उन्ना नहीं जाता जिन्ना सिक्ख्या करके जाता है। इन्हां बच्चों के मनां च जिहड़े शब्द पैणगे उही इन्हां नूं बनाउणगे कि की ने इह। असीं मत्था टेकदे हां शब्द गुरु है, गुरु ग्रंथ साहब, गुरु अज भी गुरु हाजर है शब्द के रूप च, ते साडियां मनां च जिन्नियां गल्लां ने जिन्नी अकल है सारी शब्द के रूप च है। शब्द इदां भी गुरु है, आपकी जमीन आपका घर जां कोई नौकरी कुछ होर बच्चों नूं दे के जाओ तुहाडी मर्जी, पर बच्चों नूं असल जायदाद वह है जो इन्हां नूं सिखा के जाओगे। दुनिया के सियाने इस गल नूं मनदे ने कि किसी बच्चे दे पल्ले च जिन्ने शब्द हन वो उन्ना की अमीर है, वो उन्ना की तकड़ा है। शरीर की तकड़ाई चाहिए है पर कदों भी खुस जाती है, बंदे जी गड्डी मोटरसाइकिल बजे लत्त बन टुट जाती है, बंदा बीमार हो जाता है, पैसा दोगे खुस जाता है, जमीन दोगे खुस जाती है, तकड़ा करोगे बीमारी आ सकती है। जिहड़ी चीज़ बच्चे कोलों नहीं खुसदी वो शब्द ने। डाक्टर कहिंदे ने गल कि बंदे दे सिर च सट बज के बंदे दा चेता भुल जांदा है, बंदे अपना नाम भुल जांदे ने,
पर जेडे शब्द सिखे ने बंदे ने वह नहीं भुलते। रोटी पानी दुध दही जो सीख्या उन्हें वो उन्होंने याद रहेंगे, अपना ना भुल सकता बंदा। तो इस करके इन्हां बच्चों की असली जायदाद वो शब्द ने जेड़े तुसी इन्हां नूं दे के जाओगे। जे इन्हां नूं गालां दित्तियां भी सौं जा चुप कर जा मर जा, वो भी जायदाद है। ये ना सोचियो कि मैं तो गुस्से च निकल गई। जिन्नी जायदाद इन्हां नूं दे रहे हो रोज़, रोटी इन्हां नूं दो वेले दिंदे होंगे, ज़्यादा लाड करदे हो चार वेले दोगे, वो अज खाधी परसों निकल जानी है। पर जेडे शब्द बच्चे दे हुण बस गए मन च, इहदे मरण तक नहीं निकलने, ये सदा इहदे नाल रहणगे। इस करके पहली बेनती बच्चियां बाबत है कि अपने बच्चियां नूं असीं जिन्ना सानू धर्म का इतिहास का पता है पहला आपदे घर सिखाइए, फिर गुरु घर सिखाइए। तो ये एक संभावना होनी है कि अगले बच्चे साढ़े रहनगे, वो पंजाब के रहनगे, वो सिख भी रहनगे, ये संभावना है। दूसरी बेनती कि ये बच्चे जो मैं बेनती कर रहा यह पूरी किमें होनी है, जिमें ये रोज़ पढ़न जाते हैं, जिमें असी रोज़ उठ के घर का चुल्हा चौंका करते, जिहड़ी चीज़ मर्यादा दे तरीके नाल नहीं होई वो बंदे नूं पकदी नहीं है। साड्या सारिया कोले एक चीज़ जो सांझी है, मैं हर थां बेनती करदा, वो भाई समय 24 घंटे 8 पहर दा। ये चाहे कोई तकड़े तो तकड़ा है, अमीर तो अमीर है, गरीब तो गरीब है, चाहे साध है चाहे चोर है, सारिया कोले इक्को चीज़ बराबर समा दिन रात दा, उही 8 पहर दे। सियाणियां दा पहला कहा होया कि जे 8 पहरां चों 1 पहर रब दे नां दा जां शुकराने दा नहीं गुजरदा, बंदे दी जिंदगी सफल नहीं हुंदी। ये बच्चों की सीखण की उम्र है, इस करके जिहड़ा स्कूल है 2 पहर लगता घट्टो घट, क्योंकि इन्हां ने संसार का कारोबार नहीं करना। मैं तुहानू ये नहीं कहांगा कि इन्हां नूं पढ़न ना पायो, पर ये जरूर कहांगा कि इन्हां नूं 1 पहर बाणी इतिहास का जरूर पढ़ाओ, पहला आप फिर गुरु घर के विच। जे ये तरीका पक जाता है तो साडे इतिहास जिहड़ी गल सानूं सुणन नूं मिलदी है वह बरकरार रहेगी। इन्हां दी जायदाद जिन्नी इन्हां कोल है इदों वध के बणेगी इन्हां दी। दूसरी बेनती कि जेड़े साडे नौजवान ने, चाहे वह नशे च पै गए ने, चाहे वह बाहर चल गए ने, चाहे इत्थे सरकारां मूहरे अर्जियां लई फिरदे ने कि सानू नौकर रखो जी, उन्हां सारिआं दी जिवें दी पढ़ाई हो गई, जिवें दी मतबुद्ध हो गई, उहदे च इस वेले की हो सकदा है, 2-3 छोटियां छोटियां बेनतियां इहदे च। पहली कि असी अपनी जिंदगी नूं हर कोई जीना चाहुंदा है, आपदे परिवार वजों भी, दुनिया दे सामने चंगे होण वजों भी, तो इहदे च तुसी मैं आले दुआले देखदा, तुसी भी देखदे होंगे कि जिहड़े काम दे विच पहला इज्जत सी उह च हुण नहीं रही, जिहड़े काम की इज्जत नहीं सी उहदी बहुत हो गई। 2 मिसालां, पहला खेती की बहुत इज्जत सी, नचण गाउण की कोई इज्जत ना सी, जे मुजरा लगता सी पिंड की फिरनी तो बाहर लगता सी। मैं एक बारी अपनी जिंदगी देखिया, फिर जिमें जिमें तरक्की हुई मुजरा फिरनी तो बाहरों सत्थां च आ गया, सत्थां तो बाद टीवी बन के घरां च आया, हुण साडियां जेबां च है,
ਜ਼ਿੰਦਗੀ 'ਚ ਜਿਉਣ ਲਈ ਕਿਹੜੀ ਗੱਲ ਦਾ ਮਾਣ ਹੈ, ਕਿਹੜੀ ਗੱਲ ਦਾ ਮਾਣ ਨਹੀਂ ਹੈ, ਇਹ ਤੈਅ ਕਰੂਗੀ ਕਿ ਸਾਡੇ ਧੀ ਪੁੱਤ ਗਾਹਾਂ ਨੂੰ ਕਿਹੋ ਜਿਹੇ ਹੋਣ, ਅੱਜ ਕਿਹੋ ਜਿਹੇ ਬਣ ਗਏ, ਉਹਦਾ ਅੰਦਾਜ਼ਾ ਆਪਾਂ ਨੂੰ ਹੈ, ਸਾਡੇ ਸਾਹਮਣੇ ਨੇ ਉਹ। ਉਹਨਾਂ ਨੇ ਜਿਹੜਾ ਕੁਝ ਸਿੱਖ ਲਿਆ ਉਹਨੂੰ ਉਹ ਛੱਡ ਨਹੀਂ ਸਕਦੇ, ਬਦਲ ਨਹੀਂ ਸਕਦੇ। ਇੱਕ ਦੋ ਬਦਲ ਜਾਣ ਵੱਖਰੀ ਗੱਲ ਹੈ, ਸਾਰੇ ਕਦੇ ਨਹੀਂ ਬਦਲਦੇ ਹੁੰਦੇ। ਉਹਦੇ 'ਚ ਇੱਕ ਜਿਹੜਾ ਸਾਡੀ ਉਦੋਂ ਅਗਲੀ ਪੀੜ੍ਹੀ ਹੈ ਜਿਹੜੀ 40 ਸਾਲ ਤੋਂ ਉੱਪਰ ਦੀ ਹੈ, ਉਹ ਅੱਜ ਸੋਚ ਸਕਦੇ ਨੇ ਕਿ ਜਿਹੜੇ ਕੰਮ ਦੀ ਇੱਜ਼ਤ ਨਹੀਂ ਰਹੀ ਉਹ ਕਿਹੜਿਆਂ ਕਾਰਨਾਂ ਕਰਕੇ ਨਹੀਂ ਰਹੀ, ਅਤੇ ਉਹ ਗਾਹਾਂ ਨੂੰ ਕਿਵੇਂ ਵਾਪਸ ਲੈ ਕੇ ਆਉਣੀ ਹੈ। ਇਹ ਗੱਲ ਦਾ ਮਸਲਾ ਜ਼ਿਆਦਾ ਵੱਡਾ, ਪਰ ਇੰਨਾ ਵੱਡਾ ਨਹੀਂ ਹੈ ਕਿ ਹੱਲ ਨਾ ਹੋਵੇ। ਤੁਸੀਂ ਇੱਕ ਦੇਖਿਆ ਹੋਣਾ ਕਿ ਕੁਝ ਮੁੰਡੇ ਸਾਡੇ ਬਾਹਰੋਂ ਮੁੜ ਕੇ ਆਉਣ ਲੱਗ ਗਏ ਨੇ ਕੈਨੇਡੇ ਅਮਰੀਕੇ ਤੋਂ, ਅਤੇ ਮੁੜ ਕੇ ਆ ਕੇ ਇੱਥੇ ਉਹ ਕਈਆਂ ਨੇ ਦੁਕਾਨਾਂ ਲਾਈਆਂ ਨੇ ਸਬਜ਼ੀ ਦੀਆਂ, ਫਲਾਂ ਦੀਆਂ। ਉਹਨਾਂ ਨੂੰ ਇੱਕ ਅੰਦਾਜ਼ਾ ਹੋ ਗਿਆ ਕਿ ਕਿਸੇ ਦੇ ਨੌਕਰ ਹੋਣ ਨਾਲੋਂ ਆਪਦੀ ਥੋੜ੍ਹੀ ਕਮਾ ਕੇ ਖਾਓ, ਉਹਦੇ 'ਚ ਆਜ਼ਾਦੀ ਹੈ, ਉਹਦੇ 'ਚ ਸੰਤੁਸ਼ਟੀ ਹੈ। ਆ ਸਵਰਨ ਸਿੰਘ ਹੋਣੀ ਬੈਠੇ ਨੇ, ਪਿਛਲੇ ਸਾਲ ਦੀ ਗੱਲ ਹੈ, ਟਿੱਬੀ ਹਰੀ ਸਿੰਘ ਦੇ ਨੇੜੇ ਅਸੀਂ ਸੜਕ 'ਤੇ ਜਾਂਦਿਆਂ ਰੁਕ ਗਏ। ਉੱਥੇ ਬਜ਼ੁਰਗ ਖੜ੍ਹਾ ਨਿੰਮ ਥੱਲੇ, ਟੋਕਰੀ ਧਰੀ ਮੰਜੇ 'ਤੇ, ਉਹਨੇ ਛੋਟੇ ਚੁੱਬੜ ਅਤੇ ਵੱਡੇ ਚੁੱਬੜ ਉਹ ਰੱਖੇ ਹੋਏ ਉਹਨੇ। ਅਸੀਂ ਵੈਸੇ ਹੀ ਪੁੱਛ ਲਿਆ ਕਿ ਕਿੰਨਾ ਬੀਜਿਆ ਬਾਬਾ, ਕਿੰਨੇ ਦੇ ਵੇਚ 'ਤੇ? ਕਹਿੰਦਾ 2 ਕਨਾਲਾਂ ਬੀਜੀਆਂ ਸੀ, ਜਿਹੜੇ ਛੋਟੇ ਹੈ ਇਹ 50,000 ਦੇ ਵੇਚ 'ਤੇ, ਜਿਹੜੇ ਵੱਡੇ ਹੈ ਇਹ 22,000 ਦੇ ਵੇਚ 'ਤੇ। ਮੈਂ ਕਿਹਾ ਵੀ ਕੀ ਪਾਇਆ ਸੀ? ਕਹਿੰਦਾ ਕੁਛ ਨਹੀਂ, ਚੁੱਬੜ ਬੀਜੇ, 2 ਪਾਣੀ ਲਾਏ। ਤਾਂ ਮੈਂ ਸੋਚਿਆ ਕਿ ਜਿਹੜੇ ਮੇਰੇ ਨਾਲ ਦੇ ਨੇ, ਜਿਨ੍ਹਾਂ ਨੇ 16 ਸਾਲ ਪੜ੍ਹਾਈ 'ਤੇ ਲਾਏ, ਸਰਕਾਰ 7-8,000 ਰੁਪਇਆ ਮਹੀਨਾ ਦਿੰਦੀ ਹੈ, ਅਤੇ ਫਿਰ ਉਹ ਕੱਚੇ ਨੇ, ਉਹ ਰੋਜ਼ ਸਵੇਰੇ ਜਾਂਦੇ ਨੇ, ਆਪਦਾ ਤੇਲ ਫੂਕਦੇ ਨੇ, ਉਹਦੇ ਨਾਲੋਂ ਤਾਂ ਇਹ ਬੰਦਾ ਬਿਹਤਰ ਹੈ ਜਿਹਨੇ 3 ਕੁ ਮਹੀਨਿਆਂ 'ਚ 70 ਕਮਾ ਲਿਆ, ਅਤੇ ਮੁੜ ਕੇ ਉਹਨੇ ਆਪਣੀ ਫਸਲ ਵੀ ਕੱਢਣੀ ਸੀ, ਉਹਨੇ ਕੋਈ ਪੜ੍ਹਾਈ ਵੀ ਨਹੀਂ ਕੀਤੀ ਸੀ। ਦੂਜਾ, ਅਨੰਦਪੁਰ ਸਾਹਿਬ 2-4 ਕੁ ਮਹੀਨੇ ਪਹਿਲਾਂ ਮੈਂ ਉਹਦੇ ਕੋਲੋਂ ਖੋਪੇ ਦਾ ਪਾਣੀ ਪੀਣ ਗਿਆ, ਇੱਕ ਬੰਦੇ ਕੋਲੋਂ ਜਿਹੜਾ ਕੋਈ ਵੇਚਦਾ ਸੀ ਸਮਾਨ ਉੱਥੇ, ਉਹਨੇ ਮੈਨੂੰ 50 ਦਾ ਦਿੱਤਾ। ਉਹ ਮੈਨੂੰ ਪੁੱਛਿਆ ਵੀ ਦਿਨ 'ਚ ਕਿੰਨੇ ਕੁ ਵਿਕ ਜਾਂਦੇ ਹੈ? ਕਹਿੰਦਾ ਜੀ ਕੁਛ ਨਹੀਂ ਵਿਕਦਾ, ਮੇਰੇ ਖੜਿਆਂ 15-20 ਵਿਕ ਗਏ ਉਹਦੇ। ਮੈਂ ਕਿਹਾ ਵੀ ਸੱਚ ਦੱਸ, ਕਿੰਨੇ ਵਿਕਦੇ ਆ? ਉਹ ਕਹਿੰਦਾ ਵੀ 10 ਚੱਕੀ ਗੱਡੀ ਆਉਂਦੀ ਹੈ, ਉਹਦੇ 'ਚ 13,000 ਆਉਂਦੇ ਨੇ, ਅਤੇ ਮਹੀਨੇ ਦੀਆਂ 2 ਲਾ ਦਿੰਦਾ ਮੈਂ, ਜਾਣੀ ਕਿ 25,000 ਉਹ ਖੋਪੇ ਦੇ ਠੁੱਠ ਵੇਚਦਾ ਸੀ ਕੱਚੇ ਪੀਣ ਵਾਲੇ ਇੱਕ ਮਹੀਨੇ 'ਚ, ਅਤੇ ਇੱਕ ਠੁੱਠ 50 ਦਾ ਸੀ। ਮੈਂ ਉਹਨੂੰ ਪੁੱਛਿਆ ਵੀ ਕਿੰਨੇ ਦਾ ਆਉਂਦਾ, ਕਿੰਨੇ ਬਚਦੇ ਆ? ਉਹ ਕਹਿੰਦਾ ਵੀ 24-25 ਦਾ ਆਉਂਦਾ, 10 ਕੁ ਕਿਰਾਏ ਦੇ ਪੈਂਦੇ ਨੇ, 32-35 ਦਾ ਬਣਦਾ। ਇੱਕ ਮਗਰੋਂ ਨੂੰ 15 ਕੁ ਰੁਪਈਏ ਬਚਦੇ ਸੀ। ਜੇ ਉਹਦੀ ਗੱਲ ਨੂੰ ਥੋੜ੍ਹਾ ਮੋਟਾ ਝੂਠ ਮੰਨ ਲਈਏ, ਆਪਾਂ ਅੱਧੇ ਕਰ ਲੈਂਦੇ ਹਾਂ ਵੀ ਉਹ ਵੇਚਦਾ ਘੱਟ ਹੋਊ, ਸੱਚ ਦਾ ਹੋਊ, ਤਾਂ ਵੀ ਮੈਂ ਹਿਸਾਬ ਲਾਇਆ ਮੋਟਾ ਜਿਹਾ ਕਿ ਉਹ 2.5-2 ਲੱਖ ਰੁਪਈਆ ਮਹੀਨੇ ਦਾ ਬਣਾਉਂਦਾ ਸੀ। ਤੀਜਾ, ਜਿੱਥੇ ਮੈਂ ਰਹਿੰਦਾ ਉੱਥੇ ਨੇੜੇ ਗੁੱਜਰ ਹੈ, ਉਹਨੇ 20-22 ਹਜ਼ਾਰ ਦੀ ਨੌਕਰੀ ਛੱਡ ਕੇ, ਮੱਝਾਂ ਉਹਦੇ ਬਾਪ ਦੀਆਂ ਸੀ ਹੋਰ ਵਧਾ ਲਈਆਂ ਨੇ, ਉਹਨੇ 150 ਕਿੱਲਾ ਦਰਿਆ ਦੇ ਨਾਲ ਠੇਕੇ 'ਤੇ ਲਿਆ ਹੋਇਆ, 6 ਮਹੀਨਾ ਮੱਝਾਂ ਉੱਥੇ ਚੜਦੀਆਂ ਉਹਦੀਆਂ, 6 ਮਹੀਨੇ ਉਹਨਾਂ ਨੂੰ ਤੂੜੀ ਦਾਣਾ ਪਾਉਂਦਾ। ਉਹ ਕਹਿੰਦਾ ਵੀ ਮੈਨੂੰ ਬਿਨਾਂ ਠੱਗੀ ਕਰਿਆਂ, ਬਿਨਾਂ ਪਾਣੀ ਪਾਇਆਂ, ਇੰਨਾ ਕੁ ਬਚਦਾ ਕਿ ਮੇਰੇ ਨਾਲ ਦਾ ਕੋਈ ਬੰਦਾ ਨੌਕਰੀ 'ਚ ਉਹਨੇ ਕਮਾ ਨਹੀਂ ਸਕਦਾ ਜਿੰਨੇ ਮੈਂ ਕਮਾ ਰਿਹਾ, ਨਾਲੇ ਮੇਰੀ ਆਜ਼ਾਦੀ ਹੈ, ਨਾਲੇ ਮੇਰੀ ਇੱਜ਼ਤ ਹੈ। ਮੈਂ ਤੁਹਾਨੂੰ 3 ਗੱਲਾਂ ਇਹ ਸੁਣਾਈਆਂ ਨੇ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ
ਉਹ ਬਾਹਰ ਜਾ ਕੇ ਪੈਸੇ ਕਮਾਉਣ ਦਾ ਜਾਂ ਨੌਕਰੀ 'ਚ ਪੈਸੇ ਕਮਾਉਣ ਦਾ ਜਿਹੜਾ ਖਿਆਲ ਦਿਖ ਰਹੀ ਹੈ ਉਹਦੇ ਮੁਕਾਬਲੇ ਆਪਣੇ ਕੰਮ 'ਚ ਖਾਸ ਕਰਕੇ ਖੇਤੀ 'ਚ ਇੱਕ ਸੰਭਾਵਨਾ ਹੈ ਜੇ ਅਸੀਂ ਉਹਨੂੰ ਨੂੰ ਦਿਖਾ ਸਕਦੇ ਹੋਈਏ। ਅੱਜ ਦੁਨੀਆ 'ਚ ਸਭ ਨੂੰ ਪਤਾ ਲੱਗ ਗਿਆ ਇੱਕ ਗੱਲ ਕਰਕੇ, ਉਹ ਗੱਲ ਹੈ ਬਿਮਾਰੀ। ਹੁਣ ਕੋਈ ਵੀ ਐਸਾ ਪਿੰਡ ਨਹੀਂ ਹੈ ਜਿੱਥੇ ਕਿਸੇ ਨੂੰ ਕੈਂਸਰ ਨਾ ਹੋਵੇ। ਇਹ ਮੈਂ ਨੌਜਵਾਨਾਂ ਦੀ ਗੱਲ ਵਿਚਾਲੇ ਛੱਡ ਕੇ ਥੋੜ੍ਹੀ ਜਿਹੀ ਬੁੱਢੀਆਂ ਵਰਗੀ ਗੱਲ ਕਰਨ ਲੱਗਿਆਂ, ਐਸਾ ਕੋਈ ਪਿੰਡ ਨਹੀਂ ਹੈ ਜਿੱਥੇ ਕਿਸੇ ਨੂੰ ਕੈਂਸਰ ਨਾ ਹੋਵੇ। ਹੁਣ ਜਿਹਦੀ ਉਮਰ 40 ਸਾਲ ਤੋਂ ਉੱਤੇ ਹੈ ਉਹਨੂੰ ਕੋਈ ਨਾ ਕੋਈ ਬਿਮਾਰੀ ਲਗਭਗ ਹੈ, ਹੋਰ ਨਹੀਂ ਤਾਂ ਕਈਆਂ ਨੂੰ ਬਦ ਹਜ਼ਮੀ ਸਭ ਨੂੰ ਹੁੰਦੀ ਹੈ। ਇਹ ਜਿਹੜਾ ਬਿਮਾਰੀ ਹੈ ਇਹਨੇ ਇੱਕ ਗੱਲ ਸਿਖਾਈ ਸਾਨੂੰ ਕਿ ਜਿਹੜਾ ਸਾਡਾ ਖਾਣ ਪੀਣ ਹੈ ਉਹਦੇ 'ਚ ਨੁਕਸ ਹੈ। ਖਾਣ ਪੀਣ ਦੀ ਜਿਹੜੀ ਗੱਲ ਹੈ ਉਹ ਬੱਚਿਆਂ ਨਾਲ ਵੀ ਜੁੜੀ ਹੈ, ਜਵਾਨਾਂ ਨਾਲ ਵੀ ਜੁੜੀ ਹੈ, ਬਜ਼ੁਰਗਾਂ ਨਾਲ ਵੀ ਜੁੜੀ ਹੋਈ ਹੈ। ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਸ਼ਬਦ ਸਿਖਾਓ ਤਾਂ ਸਿਆਣਿਆਂ ਨੇ ਇਹ ਮੰਨਿਆ ਕਿ ਬੰਦੇ ਨੂੰ ਦੋ ਖੁਰਾਕਾਂ ਚਾਹੀਦੀਆਂ ਨੇ, ਇੱਕ ਸੂਖਮ ਖੁਰਾਕ ਹੈ ਜਿਹੜੀ ਸ਼ਬਦਾਂ ਦੀ ਹੈ, ਇੱਕ ਠੋਸ ਖੁਰਾਕ ਹੈ ਮੋਟੀ ਜਿਹੜੀ ਅੰਨ ਪਾਣੀ ਦੀ ਹੈ। ਜੇ ਬੰਦੇ ਦੀਆਂ ਦੋਨੇ ਖੁਰਾਕਾਂ ਸਹੀ ਨਹੀਂ ਹਨ ਉਹਦੀ ਜ਼ਿੰਦਗੀ ਸਹੀ ਨਹੀਂ ਹੋ ਸਕਦੀ। ਉਹ ਕਿੱਡਾ ਵੱਡਾ ਉਹ ਕਿੱਡਾ ਛੋਟਾ ਇਹ ਫਰਕ ਨਹੀਂ ਪੈਂਦਾ, ਉਹਦੇ ਕੋਲ ਖੁਰਾਕ ਸ਼ਬਦਾਂ ਵਜੋਂ ਰੋਜ਼ ਕੈਸੀ ਆਉਂਦੀ, ਉਹਦੇ ਕੰਨਾਂ 'ਚ ਬਾਣੀ ਪੈਂਦੀ, ਚੁਗਲੀਆਂ ਪੈਂਦੀਆਂ ਕਿ ਗਾਲਾਂ ਪੈਂਦੀਆਂ, ਇਹਦਾ ਫਰਕ ਹੈ। ਦੂਜਾ ਉਹ ਅੰਨ ਪਾਣੀ ਕਿਹੋ ਜਿਹਾ ਛਕਦਾ। ਇੱਕ ਬੰਦੇ ਨੇ ਲਿਖਿਆ ਕਿ 50 ਸਾਲ ਪਹਿਲਾਂ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਕੱਚਾ ਖਾਂਦੇ ਸੀ, ਤਾਜ਼ਾ ਖਾਂਦੇ ਸੀ, ਜਿਹੜੇ ਅਮੀਰ ਸੀ ਉਹ ਬੇਹਾ ਖਾਂਦੇ ਸੀ, ਤਲਿਆ ਖਾਂਦੇ ਸੀ। ਕਹਿੰਦਾ 50 ਸਾਲਾਂ 'ਚ ਇਹ ਹਾਲਤ ਹੋ ਗਈ, ਪਿੰਡਾਂ ਦੇ ਵਿੱਚ ਰੇਹੜੀਆਂ ਵਾਲੇ ਬਰਗਰ ਵੇਚਦੇ ਹੈ, ਬੇਹਾ ਵੇਚਦੇ ਹੈ, ਤਲਿਆ ਵੇਚਦੇ ਹੈ, ਪਿੰਡਾਂ ਵਾਲੇ ਖਾਂਦੇ ਹੈ, ਸ਼ਹਿਰਾਂ ਦੇ ਵਿੱਚ ਲੋਕ ਕੱਚਾ ਖਾਂਦੇ ਹੈ, ਤਾਜ਼ਾ ਖਾਂਦੇ ਹੈ। ਬੇਹਾ ਖਾਣਾ ਜਾਂ ਤਾਂ ਮਜਬੂਰੀ ਸੀ ਜਾਂ ਬੇਸਮਝੀ ਸੀ, ਪਰ ਅੱਜ ਨਾ ਮਜਬੂਰੀ ਹੈ ਨਾ ਬੇਸਮਝੀ ਹੈ, ਅੱਜ ਬੇਹਾ ਖਾਣਾ ਸਾਡੇ ਲੋਕਾਂ ਦਾ ਸ਼ੌਂਕ ਹੋ ਗਿਆ। ਜਿਹੜਾ ਕੋਈ ਪੀਜ਼ਾ ਕੋਈ ਬਰਗਰ ਹੈ, ਮੈਂ ਉਹਦੇ ਖਿਲਾਫ਼ ਨਹੀਂ ਇਸ ਗੱਲ ਦੇ ਕਿ ਕੋਈ ਕਿਉਂ ਖਾਂਦਾ, ਪਰ ਇੰਨਾ ਮਸਲਾ ਹੈ ਕਿ ਉਹ ਖਾਣ ਪੀਣ ਨਾਲ ਬੰਦੇ ਦੀ ਦੇਹ ਨੂੰ ਅਸਰ ਕੀ ਪੈਂਦਾ। ਇਹ ਜਿਹੜਾ ਖਾਣ ਪੀਣ ਦਾ ਮਸਲਾ ਹੈ ਇਹਦਾ ਸੰਬੰਧ ਸਾਡੇ ਨੌਜਵਾਨ ਪੀੜ੍ਹੀ ਨਾਲ ਵੀ ਹੈ ਕਿ ਜੇ ਉਹਨਾਂ ਨੂੰ ਆਪਣੀ ਜ਼ਮੀਨ 'ਚੋਂ ਅਨਾਜ ਪੈਦਾ ਕਰਨਾ ਘਾਟੇ ਦਾ ਸੌਦਾ ਲੱਗਦਾ, ਅਸਲ 'ਚ ਉਹਨਾਂ ਨੂੰ ਆਪਣੀ ਧਰਤੀ 'ਤੇ ਰਹਿਣਾ ਹੀ ਘਾਟੇ ਦਾ ਸੌਦਾ ਲੱਗਦਾ। ਮਸਲਾ ਪੈਸੇ ਦਾ ਕਦੇ ਨਹੀਂ ਹੁੰਦਾ, ਮਸਲਾ ਬੰਦੇ ਵਾਸਤੇ ਮਾਣ ਦਾ ਹੁੰਦਾ ਵੀ ਜੇ ਧੀ ਪੁੱਤ ਬਾਹਰ ਗਿਆ ਤਾਂ ਪਿੰਡ 'ਚ ਮਾਣ ਹੈ, ਜੇ ਪੜ੍ਹ ਕੇ ਨੌਕਰੀ ਨਹੀਂ ਕਰਦਾ ਤਾਂ ਮਾਣ ਨਹੀਂ ਹੈ। ਜਿੰਨਾ ਚਿਰ ਅੰਗਰੇਜ਼ ਨਹੀਂ ਸੀ ਆਏ ਪਿੰਡਾਂ ਦੇ ਪੰਚ ਕੌਣ ਹੁੰਦੇ ਸੀ, ਜਿਹੜੇ ਪਿੰਡ 'ਚ ਸਿਆਣੇ ਬੰਦੇ ਹੁੰਦੇ ਸੀ। ਸਿਆਣੇ ਹੋਣਾ ਪੜ੍ਹੇ ਹੋਣਾ ਵੱਡੀ ਗੱਲ ਸੀ, ਹੁਣ ਜੇ ਪੜ੍ਹ ਕੇ ਨੌਕਰੀ ਨਹੀਂ ਲੱਗਿਆ ਤਾਂ ਮਾੜੀ ਗੱਲ ਹੈ ਵੀ ਵਿਚਾਰਾ ਵਿਹਲਾ ਫਿਰਦਾ, ਪੜ੍ਹਿਆ ਹੋਇਆ ਬੰਦਾ ਵਿਚਾਰਾ ਹੋ ਜਾਂਦਾ, ਉਹ ਵਿਹਲਾ ਵੀ ਹੋ ਜਾਂਦਾ। ਪਹਿਲਾਂ ਸਿਆਣਾ ਬੰਦਾ ਪੜ੍ਹਿਆ ਬੰਦਾ ਲੋਕਾਂ ਵਾਸਤੇ ਵਿਹਲਾ ਹੁੰਦਾ ਸੀ, ਲੋਕਾਂ ਦੀ ਮਦਦ ਕਰਦਾ ਸੀ, ਹੁਣ ਇਹ ਹੋ ਗਿਆ ਵੀ ਜੇ ਪੜ੍ਹ ਕੇ ਨੌਕਰੀ ਨਹੀਂ ਕਰਦਾ ਤਾਂ ਉਹ ਮਾੜਾ ਹੋ ਗਿਆ। ਜਿਹੜੇ ਕੰਮ 'ਚ ਮਾਣ ਸੀ ਪਹਿਲਾਂ ਉਹ 'ਚ ਨਹੀਂ ਰਿਹਾ, ਨਾ ਖੇਤੀ 'ਚ ਰਿਹਾ ਨਾ ਪੜ੍ਹਾਈ 'ਚ ਰਿਹਾ ਵੀ ਜੇ ਨੌਕਰੀ ਨਹੀਂ ਤਾਂ ਪੜ੍ਹਾਈ ਬੇਕਾਰ ਹੋ ਗਈ। ਬੰਦਾ ਹਾਲਾਂਕਿ ਜਾਨਵਰਾਂ ਨਾਲੋਂ ਵੱਖਰਾ ਤਾਂ ਹੀ ਹੈ ਜੇ ਉਹ ਸ਼ਬਦ ਸਿੱਖਦਾ, ਜੇ ਉਹ ਸ਼ਬਦ ਨੂੰ ਯਾਦ ਰੱਖਦਾ, ਪਰ ਅਸੀਂ ਇਹਦਾ ਪੜ੍ਹਾਈ ਦਾ ਮਤਲਬ ਇੰਨਾ ਬਣਾ ਲਿਆ ਨੌਕਰੀ। ਜੇ ਬਾਣੀ ਪੜ੍ਹੋ ਤਾਂ ਪੜ੍ਹਨ ਦਾ ਮਤਲਬ ਹੁੰਦਾ ਜ਼ਿੰਦਗੀ ਨੂੰ ਸਮਝਣਾ, ਜ਼ਿੰਦਗੀ ਨੂੰ ਜਾਣਨਾ। ਜੇ ਜ਼ਿੰਦਗੀ ਨੂੰ ਜਾਣਨਾ ਹੈ ਪੜ੍ਹਨ ਦਾ ਮਤਲਬ, ਨੌਕਰੀ ਉਹਦੇ ਵਿੱਚ ਆ ਜਾਂਦੀ ਹੈ।
काम उहदे विच आ जांदा है। इहदों अगली बेनती कि जिहड़ा साडे बाहर जाण दा रुझान है थोड़ी जी उहदे बारे भी मैं बेनती करदा, हर थां करदा। जिवें साडे इत्थे इह है कि नशा बहुत हो गया, लड़ाई बहुत हो गई, बीमारी बहुत हो गई, धियां पुत्तां नूं काम नहीं मिलदा, ये सारियां गल्लां साडे जिहड़े भैण भरा आपदा धी पुत बाहर भेजना चाहुंदे ने वह अक्सर कहिंदे ने इत्थे हुण कुछ नहीं रहा, हालात माड़े ने। तो उन्हां दे सन्मुख मैं दो बेनतियां करनियां ने। पहली तो ये कि जिथे साडे धी पुत असीं भेज रहे हां उत्थे हालात किहे जिहे, ये जरूर पता कर लो। घट्टो घट साडे जवाक अजकल आईलैट्स करके जाते हैं, उन्होंने अंग्रेजी पढ़नी आती होंगी है। अंग्रेजा के पांच मुल्क ने इंग्लैंड, आस्ट्रेलिया, न्यूजीलैंड, कनेडा, अमरीका। उन्हां पंजां मुल्कां दी हालत कैसी है उन्हां मुल्कां ने लिख के पाई हुई है, तुहाडे धी पुत आपदियां उस हिस्सियां 'च देख सकते ने, जेबां 'च पए आ जिहड़े। मोटा जिहा तुहानूं मैं दसदा, पहली गल कनेडा दी कि साढ़े इत्थे कैंसर बहुत है। कनेडा दी सरकार भी दसदी है कि उत्थे रोज़ दा 225 बंदा कैंसर नाल मरद है रोज़, एक दिन च बीमार इदों वध ने। इदों अगला नशे नाल जिन्ने बंदे उत्थे मरदे ने उन्हां दा किन्ना अंकड़ा है, किन्नी गिणती है, वह तुहाडे धियां पुत्तां नूं कहो वह देख लैणगे। उत्थे दिल दा दौरा पै के किन्ने बंदे रोज़ मरदे है वह भी धियां पुत्तां नूं कहो देख लैणगे। सड़कां ते गड्डियां 'च बज के किन्ने बंदे मरदे है वह भी देख लैणगे। उत्थे स्कूलां 'च पढ़दे होए जवाक किन्ना नशा करदे ने, उत्थों दीआं सरकारां ने भी साडे जिहड़े बंदे इत्थों गए है उन्हां ने भी दस्सिया होया वह देख लैण कि जिथे असीं अपने धियां पुत्तां नूं भेजदे हाँ उत्थे नशा भी है, बीमारी भी है, मारामारी भी है, बेरोज़गारी भी है। असल मसला इन्ना जी कि असीं चाहुंदे हाँ कि साडे धी पुत सौखे रहण, ये इच्छा गलत है। जिथे भी रवांगे औख ने आउणा, बीमारी ने भी आउणा, मौत ने भी आउणा। इस करके धियां पुत्तां नूं समझाउण वाली गल ये है कि गुरु दे आसरे, इतिहास दे आसरे तकड़े हो, करड़े होण, दुख सुख नूं झल्लण, हथ हिलाउण दे योग होण, उद्यम करन नूं जी करदा होवे उहनां दा, उहनां दा वेले खाण नूं हड हराम नूं जी ना करदा होवे। ये गल है जिहड़ी जे साडे धियां पुत्तां दे समझ आ सकदी है तां इह संभावना है कि उहनां दा बाहर जाण तों मोड़ा हो सकदा है। अगली बेनती जिहड़ी साडे सारिआं बाबत है, खास करके जिन्हां दी उम्र 40 साल दे उत्ते है। हुण मैं कई थावां ऐसियां देखियां ने कि जवाक जिहड़े मुंडे कुड़ियां ने वह आप नहीं बाहर जाना चाहुंदे, पर वह आप दी माँ बाप की इच्छा पूरी करन खातर जा रहे ने कि साडी बेबे की इच्छा है कि मैं कनेडे जाना है, इस करके जवाक जा रहे ने। सारे तो नहीं, पर इदां दी गल है, एक ये भावना आ गई है। दूजी जिहड़ी मैं पहलां कही है सौख वाली, मैं एक मिसाल दिना कि 1997 च जदों अकालियां दी सरकार बनी तो उन्होंने साड्या बजुर्गों वास्ते एक ब्यौंत बनाई अद्धा किराया, शायद तुहानूं याद होवे कि 60 साल दे उत्तर दे माई भाई नूं बस दे किराए दा
ਅੱਧਾ ਹਿੱਸਾ ਮਾਫ ਹੋਏਗਾ। ਤਾਂ ਮੈਂ ਕਿੰਨਿਆਂ ਹੀ ਲੋਕਾਂ ਨੂੰ, ਖਾਸ ਕਰਕੇ ਮਾਈਆਂ ਨੂੰ, ਬੱਸਾਂ 'ਚ ਬੇਇੱਜ਼ਤੀ ਕਰਾਉਂਦਿਆਂ ਦੇਖਿਆ। ਪਿਛਲੀ ਸਰਕਾਰ ਨੇ ਇਹ ਕਰਤਾ ਕਿ ਮਾਈਆਂ ਨੂੰ ਸਾਰਾ ਕਿਰਾਇਆ ਮਾਫ, ਅਤੇ ਮੈਂ ਬੱਸਾਂ 'ਚ ਹਾਲਤਾਂ ਵੇਖਦਾ ਸਰਕਾਰੀ ਬੱਸਾਂ 'ਚ। ਮੇਰੀ ਬੇਨਤੀ ਅਸਲ 'ਚ ਇਹ ਹੈ ਕਿ ਜੇ ਮਾਂ ਬਾਪ ਮੁਫਤ ਦਾ ਖਾਣ ਗਿੱਝ ਜਾਏ, ਉਹਦਾ ਧੀ ਪੁੱਤ ਮਿਹਨਤ ਕਰਨ ਨਹੀਂ ਗਿੱਝੇਗਾ। ਕੋਈ ਕਾਰਨ ਨਹੀਂ ਹੈ। ਸਾਡੇ ਇੱਥੇ ਮੇਰੇ ਭਰਾ ਖੇਤੀ ਕਰਦੇ ਆ, ਮੇਰਾ ਪਿੰਡ ਬਾਜੇ ਵਾਲਾ, ਸਾਡਿਆਂ ਲੋਕਾਂ ਨੂੰ ਬਿਜਲੀ ਦੀ ਸਹੂਲਤ ਮੁਫਤ ਦੇਣ ਦਾ ਜਿਹੜਾ ਲਾਰਾ ਹੈ ਪਿਛਲੇ 40 ਸਾਲਾਂ 'ਚ, ਉਹਨੇ ਖੇਤੀ ਵਾਲੇ ਲੋਕਾਂ ਦੀ ਇੱਜ਼ਤ ਦੀ ਪੱਟੀ ਮੇਸ ਕਰਤੀ। ਜਿੱਥੇ ਵੀ ਜਾਓ, ਹਰੇਕ ਅਖਬਾਰ ਵਾਲਾ, ਹਰੇਕ ਵਿਦਵਾਨ ਕਹਿੰਦਾ ਕਿ ਇਹ ਲੋਕ ਮੁਫਤ ਦਾ ਖਾਂਦੇ ਨੇ। ਖੇਤੀ ਵਾਲੇ ਲੋਕਾਂ ਨੂੰ ਸਾਰੀ ਦੁਨੀਆ ਜਾਣਦੀ ਸੀ ਕਿ ਉਹ ਆਪਦਾ ਖਾਂਦੇ ਨਹੀਂ, ਗਾਹਾਂ ਵੰਡਦੇ ਵੀ ਨੇ, ਅਤੇ ਖਾਸ ਕਰਕੇ ਜਿਹੜੇ ਸਿੱਖ ਸੀ ਉਹ ਦੁਨੀਆ 'ਚ ਵੰਡਣ ਲਈ ਮਸ਼ਹੂਰ ਨੇ, ਲੰਗਰ ਲਾਉਣ ਲਈ। ਇੱਕ ਟੁੱਟੀ ਜਿਹੀ ਸਹੂਲਤ ਨਾਲ ਸਾਰੇ ਇਤਿਹਾਸ ਦਾ, ਅਰਬਾਂ ਖਰਬਾਂ ਦੇ ਦਾਨ ਦਾ ਸਰਕਾਰ ਨੇ ਮਖੌਲ ਡਾਤਾ, ਕਿਸੇ ਨੇ ਵਿਰੋਧ ਨਹੀਂ ਕੀਤਾ। ਜੇ ਸਹੂਲਤ ਦੇਣੀ ਸੀ ਸਰਕਾਰ ਕਿਸੇ ਨੂੰ ਫਸਲਾਂ ਦਾ ਭਾਅ ਦਿੰਦੀ ਕਿ 1600 ਨੂੰ ਕਣਕ ਵਿਕਦੀ ਆ, ਭਾਈ 1800 ਨੂੰ ਦਿਆਂਗੇ, ਜ਼ਿਮੀਂਦਾਰ ਨੂੰ ਵੱਧ ਫਾਇਦਾ ਹੋਣਾ ਸੀ। ਪਰ ਮਸਲਾ ਤੁਹਾਡੇ ਫਾਇਦੇ ਦਾ ਨਹੀਂ ਸੀ, ਮਸਲਾ ਤੁਹਾਡੀ ਬੇਇੱਜ਼ਤੀ ਦਾ ਸੀ। ਅਸੀਂ ਇਸ ਟੁਕੜੇ ਨੂੰ ਕਬੂਲਿਆ, ਆਪਣਿਆਂ ਬਜ਼ੁਰਗਾਂ ਦੀ ਗਾਹਾਂ ਧੀਆਂ ਪੁੱਤਾਂ ਦੇ ਮੱਥੇ 'ਤੇ ਕਲੰਕ ਲਾਤਾ ਕਿ ਇਹ ਲੋਕ ਵੀ ਹਰਾਮ ਦਾ ਖਾਂਦੇ ਨੇ, ਇਹ ਲੋਕ ਮੁਫਤ ਦਾ ਖਾਂਦੇ ਨੇ, ਇਹ ਦੂਜਿਆਂ ਦਾ ਹੱਕ ਖਾਂਦੇ ਨੇ। ਦੁਨੀਆ ਜਿੱਥੇ ਵੀ ਪਾਣੀ ਮੁੱਕਣ ਦਾ ਰੌਲਾ ਪੈਂਦਾ, ਉੱਥੇ ਸਾਡੇ ਲੋਕਾਂ ਦਾ ਨਾਂ ਬੋਲਦਾ ਕਿ ਪੰਜਾਬ ਵਾਲਿਆਂ ਨੇ ਪਾਣੀ ਮੁਕਾਤਾ। ਕਿਉਂ ਮੁਕਾਤਾ ਜੀ? ਵੀ ਬੱਤੀ ਮੁਫਤ ਦੀ ਹੈ, ਮੋਟਰਾਂ ਚਲਾਉਂਦੇ ਰਹਿੰਦੇ ਨੇ। ਹਾਲਾਂਕਿ ਸਾਡੇ ਇਸ ਇਲਾਕੇ 'ਚ ਉਦੋਂ ਹਜੇ ਲੋਕਾਂ ਕੋਲ ਮੋਟਰਾਂ ਹੈ ਹੀ ਨਹੀਂ ਸੀ ਜਦੋਂ ਬਿਜਲੀ ਸਹੂਲਤ ਮੁਫਤ ਹੋਈ ਸੀ। ਯਾਦ ਕਰੋ, 1998 'ਚ ਤੁਹਾਡੇ ਪਿੰਡ 'ਚ ਕਿੰਨੀਆਂ ਮੋਟਰਾਂ ਸੀ? ਯਾਦ ਕਰਕੇ ਦੇਖੋ। ਐਸਾ ਇੱਕ ਸਹੂਲਤ ਦਾ ਪੱਟਾ ਇੱਕ ਸਾਡੀਆਂ ਮਾਵਾਂ ਦੇ ਗਲ ਪਾਇਆ, ਕਿੰਨੀਆਂ ਕੁ ਮਾਈਆਂ ਰੋਜ਼ ਸਫ਼ਰ ਕਰਦੀਆਂ ਹੋਣਗੀਆਂ, ਕਿੰਨੇ ਕੁ ਲੱਖਾਂ ਦਾ ਹੋਊਗਾ ਉਹ, ਜੇ ਇਕੱਲੇ ਬੰਦੇ ਪਿੱਛੇ ਸੋਚਣਾ ਹੋਵੇ ਤਾਂ। ਪਰ ਬਦਨਾਮੀ ਕਿੱਡੀ ਹੈ! ਖੇਤੀ ਸਭ ਤੋਂ ਇੱਜ਼ਤ ਵਾਲਾ ਧੰਦਾ ਸੀ, ਉਹਦੀਆਂ ਦੋ ਸਹੂਲਤਾਂ ਨੇ ਕਿੱਡੀ ਬਦਨਾਮੀ ਲੈ ਕੇ ਆਉਂਦੀ ਹੈ। ਜਿਨ੍ਹਾਂ ਦੇ ਮਾਂ ਬਾਪ ਮੁਫਤ ਦੀ ਸਹੂਲਤ ਨੂੰ ਠੋਕਰ ਨਹੀਂ ਮਾਰ ਸਕਦੇ, ਉਹਨਾਂ ਨੂੰ ਰਾਜ ਨਹੀਂ ਮਿਲਣਾ, ਉਹਨਾਂ ਨੂੰ ਚੌਂਕੀਦਾਰੀ ਜਾਂ ਗੁਲਾਮੀ ਹੀ ਮਿਲਣੀ ਹੈ। ਇਸ ਕਰਕੇ ਸਾਡੀ ਜਿਹੜੀ ਜ਼ਿੰਮੇਵਾਰੀ ਹੈ 40 ਸਾਲ ਤੋਂ ਉੱਪਰ ਦੇ ਲੋਕਾਂ ਦੀ, ਉਹ ਆਪਦੇ ਆਪ ਬਾਰੇ ਵੀ ਹੈ, ਨੌਜਵਾਨ ਪੀੜ੍ਹੀ ਦੀ ਵੀ ਹੈ, ਇਹ ਦੋਹਤਿਆਂ ਪੋਤਿਆਂ ਦੀ ਵੀ ਹੈ। ਕੱਲ੍ਹ ਨੂੰ ਤੁਹਾਡੇ ਇੱਥੇ ਵੋਟਾਂ ਸ਼ੁਰੂ ਹੋ ਜਾਣਗੀਆਂ ਵੀ ਉਹ ਪਾਰਟੀ ਵਾਲਾ ਚੰਗਾ ਕਿ ਉਹਦੇ ਵਾਲਾ ਚੰਗਾ। ਮੈਂ ਜੋ ਤੁਹਾਨੂੰ ਬੇਨਤੀ ਕੀਤੀ ਹੈ ਇਹਦੇ 'ਚ ਉਹਨਾਂ ਦਾ ਜ਼ਿਕਰ ਨਹੀਂ ਹੈ, ਉਹਨਾਂ ਦੀ ਥਾਂ ਵੀ ਨਹੀਂ ਹੈ ਇਹਦੇ 'ਚ। ਸਵਾਲ ਇੰਨਾ ਕਿ ਅਸੀਂ ਆਪ ਕੀ ਕਰ ਸਕਦੇ ਹਾਂ? ਜਿਹਨੂੰ ਲੱਗਦਾ ਕਿ ਮੈਂ ਮੱਥਾ ਟੇਕਿਆ ਗੁਰੂ ਨੂੰ, ਤਾਂ ਗੁਰੂ ਦਾ ਮਤਲਬ ਹੁੰਦਾ ਸਭ ਤੋਂ ਵੱਡਾ, ਸਭ ਤੋਂ ਵੱਡਾ ਸਤਿਗੁਰ ਨਾਨਕ। ਭਾਈ ਜੇ ਉਹਦਾ ਆਸਰਾ ਹੈ, ਫਿਰ ਕਿਸੇ ਸੂਬੇਦਾਰ ਦਾ, ਕਿਸੇ ਰਾਜੇ ਦਾ ਕਿਉਂ ਆਸਰਾ ਜੀ? ਜਿੰਨਾ ਚਿਰ ਅਸੀਂ ਆਪਦੀਆਂ ਲੱਤਾਂ 'ਤੇ ਆਪ ਨਹੀਂ ਖੜ੍ਹਦੇ ਜਾਂ ਰੱਬ ਦੇ ਭਰੋਸੇ ਨਹੀਂ ਖੜ੍ਹਦੇ, ਵਪਾਰੀ ਨੇ, ਸਰਕਾਰੀ ਨੇ ਸਾਨੂੰ ਜੋ ਦੇਣਾ ਉਹਦੇ 'ਚ ਉਹਦਾ ਹੀ ਫਾਇਦਾ ਹੋਣਾ। ਜਿਨ੍ਹਾਂ ਦੀ ਉਮਰ ਵੱਡੀ ਹੋਊਗੀ 70 ਸਾਲ ਤੋਂ, ਉਹ ਜਾਣਦੇ ਹੋਣਗੇ ਕਿ ਜੇ ਕੋਈ ਟਰੈਕਟਰ ਲੈ ਕੇ ਸ਼ਹਿਰ ਜਾਂਦਾ ਸੀ, ਪੁਲਿਸ ਫੜ ਲੈਂਦੀ ਸੀ। ਇਹਦਾ ਮਤਲਬ ਉਹ ਸੰਦ ਸਾਡੇ ਲੋਕਾਂ ਦਾ ਕੋਈ ਫਾਇਦਾ ਕਰਦਾ ਸੀ? ਕਦੇ ਸਰਕਾਰ ਨੇ ਲੋਕਾਂ ਨੂੰ ਟੀ ਵੀ ਵਾਸਤੇ ਫੜਿਆ?
किसी नूं फोन रखने वास्ते फड़िया। जिहड़ियां कम्मां लई फड़दी है इहदा मतलब यही हुंदा कि शायद तुसीं उहनां नूं नुकसान पहुँचाओगे। तुहाडे पिंड किसी कोल नजायज़ पिस्तौल फड़िया जाए पुलिस सारा पिंड घेर लूगी। इहदा मतलब हथियार तों डर लगदा है। जिथे जिथे सरकार नूं फायदा उत्थे उत्थे वो धक्के नाल साडे गलां चीज़ां पाउंदे ने। जिथे जिथे उन्हां नूं फायदा है, साडे किसे लोकां ने धरना नहीं सी लाया कि साडे जवाकां वास्ते अंग्रेजी स्कूल कर दिओ, सरकारी स्कूलों 'च भी अंग्रेजी ला दिओ। क्यों लाती? ये जिन्हां दी बोली पढ़नगे उन्हां दी बोली बोलणगे, अखीर नूं उन्हां दे आलणे 'च जाणगे, अखीर नूं उन्हां दे आलणे 'च जाणगे। सरकार सहूलत तां दिंदी कि तुसीं उहदी वोट बन के रहो, बंदे बन के ना रहो। तो मैं तुहानूं जो बेनती करनी वो इन्नी है कि अज जो हो गया उहदे लई किसे नूं दोष देण वास्ते मैं खड़ा नहीं हाँ। इत्थे मैं ये गल वास्ते खड़ा कि जिन्नी मतबुद्ध है असीं अपने इन्हां न्याणियां दा, अपने जवानां दा ते अपने आप दा किवें फायदा कर सकते हैं। पहला फायदा कर सकते हैं अज तो मत लो कि घट्टो घट बाणी संथ्या लैके पाठ शुरू करना, चाहे 5 मिनट का करो, चाहे मूल मंत्र का करो, अपना जरूर करो। दूजा अपने इन्हां तोतलियां दे कन्नां 'च जरूर पाओ, सवेरे शाम चाहे 5 मिनट पाओ, भावें सुते पए दे सराहणे पढ़ो। कन्न बंदे दे सुते प्याम ही सुनते ने, जे बेहोश हो जाए बंदा बेहोश बंदे नूं भी सुनदा हुंदा, बच्चा जम्मण तो पहला माँ दे गर्भ 'च भी सुनदा, सुनने इन्ना वड्डा। इस करके मावां वजों दादे पो दादियां वजों अपने इन्हां बच्चियां नूं असीं शब्द सुनाइए गुरु दा। दूसरा असीं अपनी जिंदगी जिन्ना बोलदे हां अपने मूहों उहदे 'च गाल ते निंदिया किन्नी है। जिन्ना चिर मैं निंदिया करदा किसे दी, मैं अपने धी पुत नूं चंगा नहीं बना सकता, ये लिखी हुई गल है। जिन्ना चिर मेरे अंदर मैल है मैं शुद्धता दूजे नूं नहीं दे सकता। ये मिथ के गल पक्की करो पहला अपने धियां पुत्तां वास्ते कि उन्हां नूं गालां सुनन नूं ना मिलन, उन्हां नूं निंदिया सुनन नूं ना मिले। जे असीं अपने बच्चियां दी इह खुराक सही नहीं करदे तां साडे मन भी सही नहीं होणे, साडे तन भी सही नहीं होणे। सरकार चाहे हरेक पिंड दे विच कैंसर दा हस्पताल खोल देवे, असल इलाज यह है कि बंदा बीमार ना होवे। बीमारी आउंदी कित्थों है? बीमारी जां मन करके जां तन करके कुछ गलत वापरिया। जिहड़ा गुरु साहब ने लिखिया होया कि इहो जिहा खाणा पाई गलत है जिहदे नाल तन जां मन खराब होवे, इहो जिहा पाउणा गलत है जिहदे नाल तन जां मन खराब होवे। पहलां असीं अपनी पद्धर दे उत्ते इह काम कर लईए, ये काम कर लईए कि असीं अपने बच्चियां नूं शब्द सिखा लईए। असीं अपने आप नूं इन्नी गल सिखा लईए कि गालां निंदिया घटाइए, रब दा नां लैणा शुरू करिए। ये पहली बेनती है, ये पहला हल है मुश्किल दा। कई बंदे सोचणगे कि इहदे नाल आ की होजू, जिहड़ा काम छेती हुंदा उहदा असर छेती मुकदा है, जिहड़ा हौली हौली सहजे सहजे होऊगा। गुरु साहब ने खालसा बुलाउण लई 10 जामे लाए तां दुनिया 'च खालसे दा नां है। सहजे सहजे शब्दां नाल जुड़ना है, इतिहास नाल, बाणी नाल, आम बोली दे चंगे शब्दां नाल। दूजा जिहड़ी खुराक खाद है जिन्ना भी उहदे 'च असीं सुधार कर सकदे हां उहदा एक पहला पक्ष। तुसीं कदे शहरां 'च भी देखो थोड़े जे हिम्मती बंदे आपदियां कोठियां ते गमलियां 'च भी बेलां ला लैंदे ने आपदे खाण जोगरियां। हुण मैनूं नहीं पता कि कोई पंजाब 'च इहो जिहा पिंड है जिथे लोग सब्जी मुल ना लैंदे होण।
हो सकता थोड़े पिंड ना हो, पर मेरा अंदाजा पक्का ही है कि थोड़े इतने मुल विकन आँदी होगी। तो जे पिंड वाले लोग अपने जोगरी सब्जी नहीं बीज सकते, नहीं उगरा सकते, तो यह सरकार का नुकस है, किसी का नहीं जी, साढ़े सोचण के तरीके का मसला है। जिंदगी सौखे रहन च नहीं है, जिंदगी सही रहन च है कि बंदा जिन्ना चर जौवें सही जौवें वो इतिहास का हिस्सा बनता है। जिहड़े सौखा जौंदे ने वह ज्यौंदियां भी मरिया वर्गे हो जाते हैं। ठीक, गुरु साहब ने जिहड़ा पहला उपदेश दिता उहदे तीन हिस्से सी, एक किरत करो, नाम जपो, वंड छको। पहला मसला किरत दा है, मंग के खाण दा नहीं है। अपना ठोस खुराक आप पैदा करके खानी, इहदा मतलब हुंदा पिंड च रहना। ये दूजा हल है, बहुत सौखा है, ये तुसीं किसी भी बड़े तो बड़े बीमार से तजर्बा करके वेख सकते हो। मैनू एक डॉक्टर मिलिया, वो कहिंदा भी जिहड़ा कैंसर है इहदा हउआ वड्डा है, कहिंदा उदां हर बंदे दे शरीर च लगभग रोज़ कैंसर बनता रहिंदा, आप ही मुकदा रहिंदा। सवाल इन्ना है कि साडे लोकां दा खाण बिगड़ गया, खास करके पीण बिगड़ गया। वो कहिंदा कि जदों दे नलके आए, ताज़ा पानी कढ के पीण लगे, उदों दा कैंसर वधिया। धरती जो ताज़ा पानी कढ के पीने हो, उहदे धरती दीआं धातां घुलियां हुंदियां ने, वो बैठियां नहीं हुंदियां, वो बंदे अंदर जांदियां ने। कहिंदा छप्पड़ दा पानी पियो, उल्टी आ जूगी, बीमार हो जाऊंगे, पर कैंसर नहीं होगा, क्योंकि खुला पानी है, उहदे च वो धातां नहीं घुलियां हुंदियां। उदां नहीं है, मैं कहिंदा कि छप्पड़ पियो, पर हुण दसदा गल उहदी मैं कि साडा जिहड़ा खाण दा मसला है, अन्न दा भी, सब्जी दा भी, पानी दा भी, जदों असीं इहनू सही करांगे तुसीं आप देख लिओ, गुस्सा भी घट आऊगा, मन की बेचैनी भी घटेगी। जदों रब दे नाल जुड़ोंगे ये बेचैनी भी जांदी रहेगी। असीं अपने आप नूं पहलां सही करिए थोड़ा मोटा, फिर इन्हां जवाकां दा भी, फिर उन्हां जवानां दा भी असीं सांभ संभाल कर सकते हाँ। जिन्हों जिन्ने साह बख्शे ने वो अपने आप नाल गुरु नाल एक वादा कर लवे कि किसी होर नूं दोष देण दी थां ते असी पहलां अपने पैरां ते पक्के हो जाइए, तो गुरु सब ते मेहर करेगा। इन्हीं बेनतियां नाल मैं अपनी गल समाप्त करदा। भुल्लां चुक्कां लिखे मां गज के फतेह बुलाओ जी। वाहिगुरू जी का खालसा, वाहिगुरू जी की फतेह। अखीर अंत दा दिन आ गया, सारे परिवार नूं अंतम दर्शना वास्ते बुला लिया गया। पंजाब दा शेर अगले जहान लई तैयार हो रहा सी, चेहरे दा रंग बदल चुका सी, साह उखड़ना शुरू हो गया सी। अंत एक लम्मा सारा हटकोरा आके जोत बुझ गई। 58 साल 7 महीने ते 26 दिन दी उम्र गुजार के महाराजा रणजीत सिंह कूच कर गया। हाड़ दी 15/1896 बिक्रमी ते जून दी 27/1839 ईस्वी तारीख सी। उस दिन वीरवार ते पूर्णमाशी दा दिहाड़ा सी। हाँ, पूर्णमाशी जद लोकां दीआं रातां वी चाननियां हुंदियां हन, पर पंजाबियां दे भा दा दिन दीवी हनेर पै गया। सारा परिवार तां ही मार के रोण पिटन लग पिया। जंगल दी अग वांग खबर सारे शहर विच फैल गई। खुशी वसदे लाहौर विच हाहाकार मच गई। सोगी वातावरण विच दर्द वाले लोकां दा दम घुटिया जान लगा। शेरे पंजाब दी मौत नाल कुछ राणियां ही नहीं, सारा पंजाब रंडा हो गया। सिखां दा सूरज सिखर दुपहरे छिप गया। किस्मत ने पंजाबियां वल्लों मूँह फेर लिया। पंज दरियावां दी धरती दा बच्चा बच्चा रो रहा सी ते विरोधी खुशी मना रहे सन। उन्हां घरी उस रात घिओ दीआं जोतां जगीआं।